ਸਰੀ ਵਿੱਚ ਪੁਲਿਸ ਅਧਿਕਾਰੀਆਂ ਦੇ ਵੱਲੋਂ ਇੱਕ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਇਸ ਦੌਰਾਨ ਮੈਟਰੋ ਵੈਂਕੂਵਰ ట్రాਨਜ਼ਿਟ ਪੁਲਿਸ ਦੇ ਇੱਕ ਆਫੀਸਰ ਦਾ ਹੀ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਿਆ ਬੁੱਧਵਾਰ ਰਾਤ ਨੂੰ ਵਾਪਰਿਆ ਸੀ ਸਰੀ ਦੇ ਵਿੱਚ ਜੋ ਕਿ ਰਾਤ ਨੂੰ 11 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ 128 ਸਟਰੀਟ ਤੇ 99 ਐਵੇਨਿਊ ਦੇ ਉੱਤੇ ਹਾਦਸਾ ਵਾਪਰਿਆ ਉਸ ਸਮੇਂ ਪੁਲਿਸ ਅਧਿਕਾਰੀ ਐਮਰਜੈਂਸੀ ਕਾਲ ਦੇ ਉੱਤੇ ਜਾ ਰਹੇ ਸਨ ਇਸ ਰਾਂਝਾਂ ਜਾਣਕਾਰੀ ਦਿੱਤੀ ਗਈ ਸੀ ਕਿ ਸਰੀ ਸੈਂਟਰਲ ਸਕਾਈਟ੍ਰੇਨ ਸਟੇਸ਼ਨ ਦੇ ਕੋਲ ਉਸ ਵਿਅਕਤੀ ਨੂੰ ਦੇਖਿਆ ਗਿਆ ਜਿਸ ਦਾ ਕੇ ਕੈਨੇਡਾ ਭਾਰ ਵਿੱਚ ਵਾਰੰਟ ਕੱਢਿਆ ਹੋਇਆ ਹੈ ਚੋਰੀਆਂ ਕਰਨ ਦੇ ਮਾਮਲੇ ਵਿੱਚ ਉਸ ਵਿਅਕਤੀ ਨੂੰ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਸੀ ਤੇ ਇਸ ਰਾਂਝ ਜਦੋਂ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਪੁਲਿਸ ਅਧਿਕਾਰੀਆਂ ਦੇ ਨਾਲ ਲੜਿਆ ਜਿਸ ਤੋਂ ਬਾਅਦ ਖੁਦ ਨੂੰ ਉਹਨਾਂ ਤੋਂ ਛੁਡਵਾ ਕੇ ਭੱਜ ਗਿਆ ਇਸ ਰਾਂਝ ਤੋਂ ਉਹ ਵਿਅਕਤੀ ਮੌਕੇ ਤੋਂ ਭੱਜਿਆ ਤਾਂ ਪਿੱਛੇ ਇੱਕ ਵੱਡਾ ਬੈਗ ਉਸ ਦਾ ਰਹਿ ਗਿਆ ਜਿਸ ਦੇ ਵਿੱਚ ਲੋਡਡ ਹੈਂਡਗਨ ਵੀ ਮੌਜੂਦ ਸੀ ਤੇ ਨਾਲ ਹੀ ਹੋਰ ਵੀ ਕਾਫੀ ਅਜਿਹਾ ਸਮਾਨ ਮੌਜੂਦ ਸੀ ਜੋ ਕਿ ਗੈਰ ਕਾਨੂੰਨੀ ਸੀ ਇਸਰਾਨ ਇੱਕ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚਣ ਲਈ ਰਾਹ ਵਿੱਚ ਸੀ ਕਿ ਉਸ ਦੀ ਟੱਕਰ ਇੱਕ ਵਾਹਨ ਨਾਲ ਹੋ ਗਈ ਟੱਕਰ ਇੰਨੀ ਭਿਆਨਕ ਸੀ ਕਿ ਪੁਲਿਸ ਅਧਿਕਾਰੀ ਦੀ ਹਾਲਤ ਕਾਫੀ ਗੰਭੀਰ ਬਣੀ ਹੋਈ ਸੀ ਜਿਸਨੂੰ ਕੇ ਹਸਪਤਾਲ ਲਿਜਾਇਆ ਗਿਆ ਜਿਸ ਤੋਂ ਬਾਅਦ ਜਾਣਕਾਰੀ ਸਾਹਮਣੇ ਆਈ ਕਿ ਹਸਪਤਾਲ ਦੇ ਵਿੱਚ ਵੀਰਵਾਰ ਦੇ ਦਿਨ ਉਸ ਪੁਲਿਸ ਅਧਿਕਾਰੀ ਦੀ ਦੂਜੀ ਸਰਜਰੀ ਹੋਈ ਇਸਰਾਂ ਜਿਸ ਦੂਜੇ ਵਾਹਨ ਦੇ ਨਾਲ ਪੁਲਿਸ ਦੇ ਵਾਹਨ ਦੀ ਟੱਕਰ ਹੋਈ ਸੀ ਉਸ ਦੇ ਵਿੱਚ ਇੱਕ ਔਰਤ ਮੌਜੂਦ ਸੀ ਜਿਸ ਤੇ ਜ਼ਿਆਦਾ ਸੱਟਾਂ ਨਹੀਂ ਲੱਗੀਆਂ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ 33 ਸਾਲਾ ਵਿਅਕਤੀ ਸੀਨ ਥਰੇਵਰ ਜਿਸ ਨੂੰ ਕਾਬੂ ਕਰਨ ਦੇ ਵਾਸਤੇ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਸਨ ਤੇ ਇਹ ਹਾਦਸਾ ਵਾਪਰਿਆ ਹਜੇ ਵੀ ਪੁਲਿਸ ਦੇ ਹੱਥ ਨਹੀਂ ਲੱਗਿਆ ਇਸਰਾਂ ਟਰਾਂਜ਼ਿਟ ਪੁਲਿਸ ਨੇ ਇਸ ਦੇ ਉੱਤੇ ਜਾਣਕਾਰੀ ਦਿੱਤੀ ਹੈ ਜਿਨ੍ਹਾਂ ਕਿਹਾ ਕਿ ਕੈਨੇਡਾ ਪਰ ਵਿੱਚ ਬ੍ਰੇਕ ਐਂਡ ਐਂਟਰ ਦੇ ਮਾਮਲਿਆਂ ਵਿੱਚ ਸੀਨ ਨੂੰ ਪੁਲਿਸ ਵੱਲੋਂ ਲੱਭਿਆ ਜਾ ਰਿਹਾ ਹੈ ਜੇਕਰ ਕਿਸੇ ਨੂੰ ਵੀ ਉਸ ਦੇ ਬਾਰੇ ਕੋਈ ਜਾਣਕਾਰੀ ਮਿਲਦੀ ਹੈ ਤਾਂ ਟਰਾਂਜ਼ਿਟ ਪੁਲਿਸ ਨੂੰ 604-515-8300 ਦੇ ਉੱਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ ਜਿਸ ਵਿਅਕਤੀ ਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਉਸ ਦੀ ਤਸਵੀਰ ਵੀ ਪੁਲਿਸ ਨੇ ਸਾਂਝੀ ਕੀਤੀ ਹੈ